ਭਾਰਤੀ ਐਮਬੈਸੀ ਕਹਿੰਦੀ ਹੈ ਵੀ ਵੇਟ ਕਰੋ ਅਸੀਂ ਤੁਹਾਨੂੰ ਕੱਢਾਂਗੇ। ਦੂਸਰੇ ਦੇਸ਼ਾਂ ਦੇ ਬੱਚੇ ਉਹ ਆਉਂਦੇ ਬਸ ਉਹਨਾਂ ਨੂੰ ਕੱਢ ਰਹੇ ਉਹ ਜਾ ਰਹੇ ਨੇ, ਇਹ ਆਪਣੇ ਬੱਚੇ ਹੀ ਉੱਥੇ ਫਸੇ ਹੋਏ ਆ, ਬਾਕੀ ਦੂਜੇ ਦੇਸ਼ਾਂ ਦੇ ਜਿਹੜੇ ਉਹ ਉਹਨਾਂ ਕੱਢ ਲਏ ਨੇ। ਬੇਟੀ ਤਾਂ ਮੇਰੀ ਹੈਗੀ ਜੀ ਕੀਵ ਦੇ ਵਿੱਚ ਅਤੇ ਬੇਟਾ ਖਾਰਕਿਵ ਦੇ ਵਿੱਚ ਆ, ਅਤੇ ਹਾਲਾਤ ਬੜੇ ਮਾੜੇ ਉੱਥੋਂ ਦੇ, ਉਹ ਦੱਸਦੇ ਆ ਵੀ ਰੋਜ਼ ਉੱਥੇ ਸ਼ੈਲੀ ਹੋਈ ਜਾਂਦੀ ਹੈ, ਅਤੇ ਤੁਹਾਨੂੰ ਪਤਾ ਖਾਣ ਪੀਣ ਦੀ ਵੀ ਹੁਣ ਉਹਨਾਂ ਨੂੰ ਪ੍ਰੋਬਲਮ ਆਉਣੀ ਆ। ਸਾਡੀ ਤਾਂ ਇਹੀ ਰਿਕੁਐਸਟ ਆ ਇੰਡੀਅਨ ਗੌਰਮੈਂਟ ਅੱਗੇ ਜਲਦੀ ਤੋਂ ਜਲਦੀ ਉਹਨਾਂ ਨੂੰ ਉੱਥੋਂ ਕੱਢਿਆ ਜਾਵੇ। ਇਹ ਉੱਥੋਂ ਤੁਸੀਂ ਤੁਹਾਡੇ ਬੇਟਾ ਜਾਂ ਬੇਟੀ ਤਾਂ ਗੱਲ ਹੋਈ ਆ, ਅਤੇ ਉਹ ਮਤਲਬ ਦੂਜੇ ਜਿਹੜੇ ਦੇਸ਼ਾਂ ਦੇ ਵਿਦਿਆਰਥੀ ਉਹਨਾਂ ਨਾਲ ਪੜ੍ਹਦੇ ਆ ਉਹਦੇ ਬਾਰੇ ਕੀ ਕਹਿੰਦੇ? ਉਹ ਉਹਨਾਂ ਨੇ ਉੱਥੋਂ ਨਿਕਲ ਗਏ ਬੱਚੇ ਦੂਜੇ ਦੇਸ਼ਾਂ ਦੇ ਜਾਂ ਕੀਵ ਚੋਂ ਜਾ ਰਹੇ ਆ? ਕੀਵ ਅਤੇ ਖਾਰਕਿਵ ਚੋਂ ਉਹਨਾਂ ਦੇ ਜਿਹੜੇ ਦੂਸਰੇ ਦੇਸ਼ਾਂ ਦੇ ਬੱਚੇ ਉਹ ਆਉਂਦੇ ਬਸ ਉਹਨਾਂ ਨੂੰ ਕੱਢ ਰਹੇ ਉਹ ਜਾ ਰਹੇ ਨੇ, ਇਹ ਆਪਣੇ ਬੱਚੇ ਹੀ ਉੱਥੇ ਫਸੇ ਹੋਏ ਆ, ਬਾਕੀ ਦੂਜੇ ਦੇਸ਼ਾਂ ਦੇ ਜਿਹੜੇ ਉਹ ਉਹਨਾਂ ਕੱਢ ਲਏ ਨੇ। ਇਹ ਭਾਰਤੀ ਏਜੰਸੀ ਦੇ ਨਾਲ ਉਹਨਾਂ ਦੀ ਜਿਹੜੀ ਆ ਸੰਪਰਕ ਹੋਇਆ ਜਾਂ ਭਾਰਤੀ ਏਜੰਸੀ ਉਹਨਾਂ ਵਾਸਤੇ ਕੀ ਕਰ ਰਹੀ ਹੈ? ਭਾਰਤੀ ਏਜੰਸੀ ਕਹਿੰਦੀ ਹੈ ਵੀ ਵੇਟ ਕਰੋ ਅਸੀਂ ਤੁਹਾਨੂੰ ਕੱਢਾਂਗੇ, ਹੁਣ 4-5 ਦਿਨ ਤੋਂ ਅੱਗੇ ਵੇਟ ਕਰਦੇ ਪਏ ਉਹ, ਅਜੇ ਵੀ ਕਹਿੰਦੇ ਹੋਰ ਵੇਟ ਕਰੋ। ਅਤੇ ਹੁਣ ਉੱਥੇ ਬੱਚਿਆਂ ਨੂੰ ਮੁਸ਼ਕਿਲਾਂ ਕੀ ਆ ਰਹੀਆਂ ਜੀ? ਮੁਸ਼ਕਿਲਾਂ ਗੋਲਾਬਾਰੀ ਹੋ ਰਹੀ ਹੈ, ਬੱਚੇ ਡਰਦੇ ਆ, ਉਸ ਖਾਣ ਪੀਣ ਦਾ ਵੀ ਮੁੱਕਦਾ ਜਾਂਦਾ, ਕਹਿੰਦੇ ਵੀ ਖਾਣ ਪੀਣ ਵੀ ਸਾਨੂੰ ਬੜਾ ਔਖਾ ਆ, ਦੁਕਾਨਾਂ ਖੋਲਦੀਆਂ ਨਹੀਂ ਗੀਆਂ, ਬਾਹਰ ਕਿਤੇ ਜਾ ਨਹੀਂ ਸਕਦੇ। ਇਹ ਡਾਕਟਰ ਸਾਹਿਬ, ਜਿਹੜੇ ਵੱਖ ਵੱਖ ਲੀਡਰਾਂ ਨੇ ਆਪਣੇ ਇੱਕ ਸੰਪਰਕ ਨੰਬਰ ਜਾਰੀ ਕੀਤੇ ਆ, ਇਹ ਇੱਕ ਡੀਸੀ ਤਰਨ ਤਾਰਨ ਨੇ ਆਪਣਾ ਸੰਪਰਕ ਨੰਬਰ ਜਾਰੀ ਕੀਤਾ, ਹਾਂਜੀ ਤੁਸੀਂ ਇਹਨਾਂ ਨਾਲ ਸੰਪਰਕ ਕੀਤਾ? ਹਾਂਜੀ ਹਾਂਜੀ, ਮੇਰੀ ਹੋਈ ਇਹ ਗੱਲ ਜੀ ਉਹਨਾਂ ਨਾਲ ਵੀ, ਮੈਂ ਸਾਰੀ ਡਿਟੇਲ ਵੀ ਦਿੱਤੀ ਬੱਚਿਆਂ ਦੀ, ਉਹਨਾਂ ਨੂੰ ਸਾਰੀ ਹਾਲਾਤ ਵੀ ਸਮਝਾਏ ਆ ਵੀ ਬੱਚਿਆਂ ਦੇ ਹਾਲਾਤ ਨੇ ਸਾਡਿਆਂ ਦੇ। ਉਹ ਹੁਣ ਪ੍ਰਸ਼ਾਸਨ ਦਾ ਕੀ ਹੰਗਾਰਾ ਜੀ? ਪ੍ਰਸ਼ਾਸਨ ਕਹਿੰਦਾ ਬਸ ਅਸੀਂ ਅੱਗੇ ਭੇਜ ਰਹੇ ਹਾਂ ਜੀ ਤੁਹਾਡੇ ਲਿਆਉਣਗੇ। ਦੇਸ਼ ਦੇ ਵਿਦੇਸ਼ ਮੰਤਰੀ ਦੇ ਪ੍ਰਧਾਨ ਮੰਤਰੀ ਤੋਂ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ? ਬਸ ਅਸੀਂ ਇਹ ਰਿਕੁਐਸਟ ਕਰਨਾ ਚਾਹੁੰਦੇ ਵੀ ਜਿੰਨੀ ਜਲਦੀ ਤੋਂ ਜਲਦੀ ਆ ਬੱਚਿਆਂ ਨੂੰ ਵਾਪਸ ਲਿਆਂਦਾ ਜਾਵੇ। ਆਪਣੇ ਇਲਾਕੇ ਦੇ ਕਿੰਨੇ ਕੁ ਬੱਚੇ ਆ ਜੀ ਉੱਥੇ ਤਰਨ ਤਾਰਨ ਦੇ, ਕਿੰਨੇ ਕੁ ਬੱਚੇ ਆ ਜੀ ਜ਼ਿਲ੍ਹਾ ਤਰਨ ਤਾਰਨ ਦੇ? ਜ਼ਿਲ੍ਹੇ ਦੇ 8 ਤੋਂ 10 ਬੱਚੇ ਹੋਣਗੇ ਜੀ। ਇਹ ਵੱਖ ਵੱਖ ਸ਼ਹਿਰਾਂ 'ਚ ਜਾਂ ਇਕੱਠੇ ਹੀ ਆ ਜੀ? ਕੁਛ ਜਿਸ ਤਰ੍ਹਾਂ ਮੇਰਾ ਬੇਟਾ ਖਾਰਕਿਵ 'ਚ ਆ, ਬੇਟੀ ਅਕੀਮ 'ਚ, ਇਸ ਤਰ੍ਹਾਂ ਸਾਰੇ ਵੱਖਰੇ ਵੱਖਰੇ ਆ। ਇਹ ਸਾਰੇ ਮੈਡੀਕਲ ਦੀ ਪੜ੍ਹਾਈ ਵਾਸਤੇ ਗਏ? ਹਾਂਜੀ ਮੈਡੀਕਲ ਦੀ ਪੜ੍ਹਾਈ ਵਾਸਤੇ ਜੇ, ਕੁਛ ਉੱਦਾਂ ਵੀ ਗਏ ਹੋਏ ਵਿਚਾਰੇ 2-4 ਬੰਦੇ। ਅੱਛਾ, ਬੇਟੀ ਦਾ ਮਤਲਬ ਕਿੰਨੇ ਚਿਰ ਦੀ ਪੜ੍ਹਾਈ ਹੋ ਗਈ ਹੈ? ਤੇ ਕਿੰਨੇ ਦੀ ਫਾਈਨਲ 'ਚ ਹੈ ਜੀ, ਉਹਦਾ ਲਾਸਟ ਈਅਰ ਹੈ। ਅੱਛਾ, ਤੇ ਬੇਟੇ ਦੀ? ਬੇਟਾ ਸੈਕੰਡ ਈਅਰ 'ਚ। ਅੱਛਾ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।